ਤੇ ਇੱਕ ਬੋਲ ਦੇ ਵਿੱਚ ਸਰਵ ਕਰਨੇ ਆ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਨੀ ਆ ਤੁਹਾਡਾ ਸਾਰਿਆਂ ਦਾ ਪੰਜਾਬੀ ਚੈਨਲ ਦੇ ਵਿੱਚ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹਰੇ ਚਨਿਆਂ ਦੀ ਸਬਜ਼ੀ ਬਣਾਉਣ ਲੱਗੇ ਆ। ਹਰੇ ਚਨਿਆਂ ਦੀ ਸਬਜ਼ੀ ਹੈ ਜਿਹੜੀ, ਇਹ ਸੁੱਕੇ ਹਰੇ ਚਨੇ ਨੇ, ਇਹਨੂੰ ਰਾਤ ਤੇ ਅਸੀਂ ਭਿਓ ਕੇ ਰੱਖੇ ਹੋਏ ਨੇ, 10 ਤੋਂ 12 ਘੰਟੇ ਹੋ ਗਏ ਨੇ। ਇਹਦੇ ਲਈ ਇੱਕ ਆਲੂ ਲਿਆ ਸੀ, ਪਾਣੀ ਉਬਾਲਣ ਲਈ 2 ਪਿਆਜ਼, 2 ਟਮਾਟਰ, 2 ਹਰੀਆਂ ਮਿਰਚਾਂ ਨੂੰ ਆਪਾਂ ਗ੍ਰਾਇੰਡ ਕਰਕੇ ਰੱਖੇ ਆ। ਅਦਰਕ ਲਸਣ ਦੀ ਪੇਸਟ ਬਣਾ ਕੇ ਰੱਖੇ ਕੁੱਟ ਕੇ ਮੋਟੀ ਮੋਟੀ, ਅਤੇ ਕੱਚੀ ਹਲਦੀ ਦਾ ਇੱਕ ਪੀਸ ਲਿਆ ਟੁਕੜਾ ਜੀ, ਅਤੇ ਹਰਾ ਧਨੀਆ ਸੁੱਕੇ ਮਸਾਲੇ ਨਾਲ ਨਾਲ ਐਡ ਕਰਾਂਗੇ, ਤੁਹਾਨੂੰ ਦਿਖਾਵਾਂਗੀ। ਅਤੇ ਸਭ ਤੋਂ ਪਹਿਲਾਂ ਤਾਂ ਆਪਾਂ ਕੁੱਕਰ ਦੇ ਵਿੱਚ ਛੋਲਿਆਂ ਨੂੰ ਉਬਾਲਾ ਦਵਾਉਣਾ, ਅਤੇ ਉਸ ਤੋਂ ਬਾਅਦ ਆਪਾਂ ਤੜਕਾ ਲਾਵਾਂਗੇ। ਕੁੱਕਰ ਦੇ ਵਿੱਚ ਆਪਾਂ ਪਾਣੀ ਪਾਵਾਂਗੇ ਥੋੜ੍ਹਾ ਜਿਹਾ ਛੋਲਿਆਂ ਦੇ ਹਿਸਾਬ ਨਾਲ, ਅਤੇ ਜਿਹੜੇ ਹਰੇ ਸੁੱਕੇ ਚਨੇ ਨੇ, ਮਤਲਬ ਸੁੱਕੇ ਚਨੇ ਨੇ ਹੈਗੇ ਹਰੇ ਨੇ, ਅਤੇ ਇਹਦੀ ਸਬਜ਼ੀ ਤੁਸੀਂ ਕਦੀ ਵੀ ਨਹੀਂ ਬਣਾਈ ਘਰ ਦੇ ਵਿੱਚ, ਜ਼ਰੂਰ ਬਣਾ ਕੇ ਦੇਖਿਓ, ਟਰਾਈ ਕਰਿਓ, ਅਤੇ ਇਹਦੀ ਸਬਜ਼ੀ ਦਾ ਸਵਾਦ ਬਹੁਤ ਸਵਾਦ ਬਣਦੀ ਹੈ ਵੀ। ਅਤੇ ਇਹਨੂੰ ਮੈਂ 2-3 ਪਾਣੀ ਧੋ ਕੇ ਰੱਖੇ ਨੇ, ਅਤੇ ਹੁਣ ਆਪਾਂ ਇਹਨੂੰ ਵੀ ਇੱਦਾਂ ਪਾ ਦੇਣਾ ਵੀ ਪਾਣੀ, ਅਤੇ ਇਹਦੇ 'ਚ ਥੋੜ੍ਹਾ ਜਿਹਾ ਨਮਕ ਪਾ ਦੇਣਾ। ਨਮਕ ਪਾ ਕੇ ਅਤੇ ਥੋੜ੍ਹੀ ਜਿਹੀ ਆਪਾਂ ਦਾਲਚੀਨੀ ਪਾ ਕੇ ਅਤੇ ਇਹਨੂੰ ਉਬਾਲਾ ਦਵਾ ਦੇਣਾ। ਦਾਲਚੀਨੀ ਪਾ ਦਿੱਤੀ ਥੋੜ੍ਹੀ ਜਿਹੀ, ਕੁੱਕਰ ਬੰਦ ਕਰਕੇ 3-4 ਸੀਟੀ ਆਉਣ ਤੱਕ ਅਸੀਂ ਵੇਟ ਕਰਨੇ ਆ। ਇਹ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਸਬਜ਼ੀ ਬਣਾਉਣੀ ਜਿਵੇਂ ਆਮ ਘਰ ਦੇ ਵਿੱਚ ਬਣਾਈ ਦੀ, ਇਹਦੇ ਲਈ ਜ਼ਿਆਦਾ ਮਸਾਲਿਆਂ ਦੀ ਲੋੜ ਨਹੀਂ ਸਾਨੂੰ। ਇੱਕ ਪਾਸੇ ਚੁੱਲ੍ਹੇ 'ਤੇ ਛੋਲੇ ਉਬਲੇ ਰੱਖ ਲਏ ਨੇ, ਹੁਣ ਆ ਦੂਜੇ ਪਾਸੇ ਆਪਾਂ ਤੜਕੇ ਦੀ ਤਿਆਰੀ ਕਰ ਲੈਂਦੇ ਹਾਂ। ਗੈਸ ਔਨ ਕਰਕੇ ਪਤੀਲਾ ਆਪਣਾ ਗਰਮ ਹੋ ਗਿਆ ਕੁੱਕਰ, ਅਤੇ ਹੁਣ ਆਪਾਂ 1.5 ਕੜਛੀ ਤੇਲ ਦੀ ਪਾਣੀ, ਤੇਲ ਅਸੀਂ ਪਿਆਜ਼ਾਂ ਹਿਸਾਬ ਨਾਲ ਮਸਾਲੇ ਹਿਸਾਬ ਨਾਲ ਬਣਾਉਣਾ ਪਾਉਣਾ, ਤੁਸੀਂ ਘੱਟ ਵੱਧ ਘੱਟ ਵਰਤ ਜੇ ਘੱਟ ਪਾ ਲਓ, ਉਹ ਤੁਹਾਡੀ ਆਪਣੀ ਮਰਜ਼ੀ। ਤੇਲ ਆਪਣਾ ਗਰਮ ਹੋ ਗਿਆ, ਅਦਰਕ ਲਸਣ ਮੈਂ 5 ਕੁੜੀਆਂ ਲਸਣ ਦੇ ਟੁਕੜੇ ਕੁੱਟੀ ਆ, ਅਤੇ ਅਦਰਕ ਦਾ ਟੁਕੜਾ ਤੁਸੀਂ ਘੱਟ ਨਹੀਂ ਕਰ ਸਕਦੇ, ਉਹ ਘੱਟ ਖਾ ਲਿਓ। ਇੱਕ 2 ਮਿੰਟ ਹੋ ਗਏ ਆਪਣੀ ਲਸਣ ਅਦਰਕ ਲਾ ਲਓ ਜੀ, ਹੁਣ ਆਪਾਂ ਪਿਆਜ਼ ਪਾ ਦੇ ਲੱਗੇ, ਹੁਣ 4-5 ਮਿੰਟ ਆਪਾਂ ਪਿਆਜ਼ਾਂ ਨੂੰ ਭੁੰਨਣਾ, ਚੰਗੀ ਤਰ੍ਹਾਂ ਲਾਲ ਕਰਨਾ, ਅਤੇ ਉਸ ਤੋਂ ਬਾਅਦ ਆਪਾਂ ਟਮਾਟਰ ਪਾਵਾਂਗੇ। ਮਸਾਲਾ ਆਪਣਾ ਪਿਆਜ਼ ਲਸਣ ਲਾਲ ਹੋ ਗਈ, ਹੁਣ ਆਪਾਂ ਇਹਦੇ 'ਚ 1 ਚਮਚ ਹਲਦੀ ਐਡ ਕਰਨੀ, ਛੋਟਾ ਚਮਚ, ਕਿਉਂਕਿ ਆਪਾਂ ਹੁਣ ਕੱਚੀ ਹਲਦੀ ਵੀ ਐਡ ਕਰ ਦੇਣੀ ਨਾਲ ਹੀ ਕੱਟ ਕੇ, ਗੈਸ ਨੂੰ ਮੈਂ ਘੱਟ ਕੀਤਾ। ਟਮਾਟਰ ਹਰੀਆਂ ਮਿਰਚਾਂ ਐਡ ਕਰ ਦੇਣੀ, ਜਿੰਨਾ ਵਧੀਆ ਸਾਡਾ ਮਸਾਲਾ ਭੁੱਜਿਆ ਹੋਏਗਾ ਉਨੀ ਜ਼ਿਆਦਾ ਵਧੀਆ ਸਬਜ਼ੀ ਬਣੇਗੀ। ਹੁਣ ਅਸੀਂ ਇਸ ਦੇ ਵਿੱਚ ਅੱਧਾ ਆਲੂ ਹੈ ਜਿਹੜਾ, ਅੱਧਾ ਆਲੂ ਅਸੀਂ ਇਹਨੂੰ ਬਰੀਕ ਕਰਕੇ ਮਸਾਲੇ ਦੇ ਵਿੱਚ ਭੁੰਨ ਲੈਣਾ, ਅਤੇ ਅੱਧੇ ਆਲੂ ਦਾ ਅਸੀਂ ਪੀਸ ਕਰਕੇ ਪਾਵਾਂਗੇ, ਉਬਲੇ ਆਲੂ ਬਰੀਕ ਕਰਕੇ ਪਾਏ ਵੀ ਐਡ ਕਰ ਦੇਣਾ, ਅੱਧਾ ਆਲੂ ਕਾਫੀ ਵੱਡਾ ਹੈ, ਅਤੇ ਅੱਧਾ ਅਸੀਂ ਐਡ ਕਰਨਾ ਮਸਾਲੇ ਦੇ ਵਿੱਚ ਹੀ ਭੁੰਨਣਾ, ਚੰਗੀ ਤਰ੍ਹਾਂ ਮਸਾਲਾ ਸਾਡਾ ਗਾੜਾ ਹੋ ਜਾਏਗਾ ਅਤੇ ਸਬਜ਼ੀ ਦਾ ਸਵਾਦ ਬਹੁਤ ਵਧੀਆ ਬਣੇਗਾ। ਹੁਣ ਆਪਾਂ 3-4 ਮਿੰਟ ਮਸਾਲੇ ਨੂੰ ਪਕਾਉਣਾ, ਆਪਾਂ ਥੋੜ੍ਹੀ ਲਾਲ ਮਿਰਚ ਪਾ ਦੇਣੀ ਮਸਾਲੇ ਦੇ ਵਿੱਚ, ਦੋ ਚਮਚ ਛੋਟੇ ਨੇ ਨਮਕ ਦੇ, ਨਮਕ ਅੱਗੇ ਵੀ ਪਾਇਆ ਹੋਇਆ, ਥੋੜ੍ਹੀ ਜਿਹੀ ਪਾਉਂਦੇ ਹਾਂ ਬੇਬੀ ਮਿਰਚ, ਆਪਾਂ 3-4 ਮਿੰਟ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਣਾ। ਦੇਖੋ ਮਸਾਲਾ ਭੁੱਜ ਕੇ ਤੇਲ ਉੱਪਰ ਆ ਗਿਆ, ਚੰਗੀ ਤਰ੍ਹਾਂ ਮਸਾਲਾ ਲਾਲ ਹੋ ਗਿਆ, ਅਤੇ ਹੁਣ ਅਸੀਂ ਇਹਦੇ 'ਚ 1 ਚਮਚ ਛੋਟਾ ਮੇਥੀ ਦਾ ਪਾਉਂਦੇ ਹਾਂ, ਮਸਾਲਾ ਦਾ ਕਿੰਨਾ ਸੋਹਣਾ ਕਲਰ ਆਇਆ ਮਸਾਲਾ, ਆਲੂ ਮਸਾਲਾ ਮਿਕਸ ਹੋ ਗਿਆ ਸਾਰੀ, ਅਤੇ ਸਾਡਾ ਮਸਾਲਾ ਵਧੀਆ ਭੁੱਜਿਆ ਹੈਗਾ ਤਰੀਕੇ ਨਾਲ, ਅਤੇ ਸਾਡੀ ਸਬਜ਼ੀ ਦਾ ਸਵਾਦ ਆਪ ਹੀ ਵੱਧ ਜਾਏਗਾ, ਜੇ ਤੁਹਾਡਾ ਮਸਾਲਾ ਕੱਚਾ ਹੈਗਾ ਤਾਂ ਸਬਜ਼ੀ ਦਾ ਸਵਾਦ ਕੱਚਾ ਹੀ ਰਹੇਗਾ। ਥੋੜ੍ਹਾ ਜਿਹਾ ਧਨੀਆ ਪਾ ਦਿੰਦੇ ਕੱਟਿਆ ਹੋਇਆ, ਥੋੜ੍ਹਾ ਜਿਹਾ ਬਾਅਦ ਪਾਵਾਂਗੇ, ਹੁਣ
मसाला भुजी अपना तैयार हो गया। उधर पर चने भी देख ले, चने भी हो गए अपने, देखो गल के जे ना गले हूँ घट गले हूँ तो आप मसाले भुन के तो अपने आप ही सब्जी गल जानी है। देखो तीन तो चार सीटें दी तो छोले गल गए, मसाले चैट करते हैं। मसाले भुन लेंगे, फिर अपना आलू लिया, आलू अद्धा कट्टे आया भी पा देना, आलू भी पीस कट्टे हुए फुल के किन्ने छोले हो गए ने। देखो जे तुहानू पसंद है तो तुसीं थोड़े जे कुट के भी पा सकते हो, जे मसाला घट होवे ना तो इहनू थोड़े जे कुट के कुंडी जे कोई ग्रैंड च करके तो तुसीं कुट के भी पा लो, फिर सब्जी तरी मोटी हो जाती जे मसाला घट होवे तो। देख लो अपनी सब्जी भुजदी भी मसाले दे विच भुज के चने तैयार हो गए ने, हुण आपां इहदे च थोड़ा जिहा गर्म मसाला पा देना, एक चम्मच पाओगे धनिया पाउडर, एक थोड़ा जिहा पाउणा है अद्धी चम्मच भुज्जिया होया जीरा, थोड़ा जिहा पीसे हुए लौंग एक चुटकी सारे, ज़्यादा नहीं ज़्यादा सब्जी कौड़े कर दी। तो हुण जे आपां जे छोलियां दा पानी है ये असी ऐड कर देना, इस ये पानी जो सुटना नहीं है, बहुत वीडियो पानी है ये, छोलियां का कभी भी नहीं सुटना, जो घट वे और भी पा सकते हो, ठंडा पानी भी पा सकते हो, गर्म करके भी पा सकते हो, जिनी तुम तरी बनानी हो ना उस हिसाब ना ही बना के तैयार कर सकते हो। तो फ्रेंड्स जे मेरा तुम्हें सब्जी बनाने का तरीका वधिया लगा पसंद आई तुम जरूर ट्राई करो, जो चंगी लगी तो लाइक जरूर शेयर कराया करो। तो आप हम थोड़ा जो पानी होर ऐड कर लें, थोड़े अपने सब खाने के हिसाब ना थोड़ी अपनी पसंद है, जो तुम पतली पसंद करते पतली भी पा सकते हो, तो मैं तुम्हें अपना तरीका दिखा रही हूँ बना के। थोड़ा जहा गुस्सा पानी पाता है मैं, चौलों ना रोटी ना परौंठे ना जिन्हें मर्जी सर्व कर सकते हो। तो हम असं ये एक मिसल होर बनावे बंद करके कवर, चने चंगी तरह गल जाए, कृपा तुम्हें दो चार मिनट बना के देख लो अपनी सब्जी बन के तैयार हो गई। कुकर कड़छी मार के देने गर्म मसाला पाने, थोड़ा जि धनिया सब्जी अपनी बन के तैयार हो गई है। देखो छोले गल गए, चेक करने हैं पूरे जिवें हरे छोले होंगे ना उदा निक्के निक्के गल गए ने, हुण ऐड दे बाकी आपां गर्म मसाला रखिया चमचे च पा के गर्म मसाला पा दिंदे आ, थोड़ा जिहा हरा धनिया ते इक बोल दे विच सर्व करने आ। देखो रस्सा मिसली सब्जी, रस्से मिसली सब्जी बन के आपणी तैयार है, तो जरूर तुसी इसे तरीके ने कुछ बना के खाओ। जे साडी वीडियो पसंद आई तो लाइक शेयर जरूर करो। तो हुण आपां देखो कितनी संघनी सब्जी बन के तैयार हुई है, कलर देखो कितना सोहना आया, तो बिल्कुल सिंपल दे तरीके ने असीं बनाई जो सादे तरीके आम सब्जी घर च बनाई दी। देख लो हरे चने की सब्जी बन के तो हो गई तैयार, बहुत ही वधिया बनी, इहनू चौलां रोटी नाल जिहदा मर्जी तुसीं सर्व कर सकते हो। तो फ्रेंड्स जे साडी वीडियो पसंद आई तो वीडियो में लाइक शेयर जरूर करया करो, तो कमेंट करके जरूर दस्सिया करो वीडियो किवें दी लगदी है, तो कोई अपनी भी तुहाडी मनपसंद की रैसपी हैगी तो जरूर कमेंट करया करो। वीडियो देखने तुहाडा सारयां दा थैंक यू, सत श्री अकाल।